ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਜੀ ਕੁੜੀ ਨੂੰ ਇੱਕੋ ਦਿਨ ਦੇ ਵਿੱਚ 6 ਟੀਕੇ ਕਰੋਨਾ ਵੈਕਸੀਨ ਦੇ ਲਗਾ ਦਿੱਤੇ ਤੇ 24 ਘੰਟੇ ਦੇ ਬਾਅਦ ਫਿਰ ਜੋ ਹੋਇਆ ਦੇਖ ਸਭ ਲੋਕ ਰਹਿ ਗਏ ਹੈਰਾਨ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਜਿੱਥੇ ਪਹਿਲਾ ਕਰੋਨਾ ਵੈਕਸੀਨ 45 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਲਗਾਏ ਜਾਂਦਾ ਐਲਾਨ ਕੀਤਾ ਸੀ ਤੇ ਉੱਥੇ ਹੀ 18 ਤੋਂ ਲੈ ਕੇ 45 ਸਾਲ ਉਮਰ ਵਰਗ ਦੇ ਲੋਕਾਂ ਦਾ ਵੀ ਟੀਕਾ ਕਰਨ ਕੀਤਾ ਜਾਂਦਾ ਸੁਝਾਅ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿੱਚ 18 ਤੋਂ ਲੈ ਕੇ 45 ਸਾਲ ਦੇ ਦਰਮਿਆਨ ਲੋਕਾਂ ਦਾ ਟੀਕਾ ਕਰਨਾ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਤੇ ਇਟਲੀ ਵਿੱਚ ਜਿੱਥੇ ਟੀਕਾ ਕਰਨਾ ਕੀਤਾ ਜਾ ਰਿਹਾ ਤੇ ਉੱਥੇ ਹੀ ਇੱਕ ਅਜਿਹੀ ਵੱਡੀ ਗਲਤੀ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ 23 ਸਾਲਾ ਲੜਕੀ ਨੂੰ ਕਰੋਨਾ ਵੈਕਸੀਨ ਦੀਆਂ 6 ਖੁਰਾਕਾਂ ਲਗਾ ਦਿੱਤੀਆਂ ਗਈਆਂ ਤੇ ਇਸ ਗਲਤ ਦੀ ਪੋਸਟੀ ਹੁਣ ਤੇ ਸਾਰੇ ਡਾਕਟਰ ਹੈਰਾਨ ਰਹਿ ਗਏ ਹਨ ਜਿਨ੍ਹਾਂ ਨੇ 23 ਸਾਲਾਂ ਲੜਕੀ ਨੂੰ 24 ਘੰਟਿਆਂ ਦੇ ਲਈ ਹਸਪਤਾਲ ਵਿੱਚ ਨਰੀਖਣ ਲਈ ਰੱਖਿਆ ਗਿਆ ਹੈ ਕਿਉਂਕਿ ਛੇ ਖੁਰਾਕਾਂ ਤੋਂ ਬਾਅਦ ਸਭ ਪਾਸੇ ਹਲਚਲ ਮਚ ਗਈ ਤੇ ਨਰੀਖਣ ਦੌਰਾਨ ਲੜਕੀ ਵਿੱਚ ਕੋਈ ਵੀ ਤਬਦੀਲੀ ਨਜ਼ਰ ਨਹੀਂ ਆਈ ਅਤੇ ਉਸ ਨੂੰ ਨਾ ਹੀ ਬੁਖਾਰ ਹੋਇਆ ਤੇ ਨਾ ਹੀ ਕੋਈ ਦਰਦ ਮਹਿਸੂਸ ਅਤੇ ਇਸ ਗੱਲ ਤੋਂ ਸਾਰੇ ਲੋਕ ਹੈਰਾਨ ਸਨ ਤੇ ਜਿੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਫਾਈਜ਼ਰ ਦੀਆਂ 4 ਖੁਰਾਕਾਂ ਇੱਕੋ ਵਿਅਕਤੀ ਨੂੰ ਬਰਬਾਦ ਕਰ ਸਕਦੀਆਂ ਹਨ ਤੇ ਉੱਥੇ ਹੀ ਇਸ 23 ਸਾਲਾ ਲੜਕੀ ਨੂੰ 6 ਟੀਕੇ ਲਗਾ ਦਿੱਤੇ ਗਏ ਸਨ ਤੇ ਜਿਸ ਤੋਂ ਬਾਅਦ ਲੜਕੀ ਕਾਫੀ ਡਰ ਕੇ ਇਸੇ ਪਰ ਕਰੋਨਾ ਦਾ ਕੋਈ ਵੀ ਮਾੜਾ ਪ੍ਰਭਾਵ ਨਾ ਦੇਖੇ ਜਾਣ ਤੋਂ ਬਾਅਦ ਉਸ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਉੱਥੇ ਹੀ ਹਸਪਤਾਲ ਡਾਕਟਰਾਂ ਨੇ ਦੱਸਿਆ ਹੈ ਕਿ ਲੜਕੀ ਨੂੰ ਨਿਰੰਤਰ ਮੈਡੀਕਲ ਵੇਖਣ ਲਈ ਬੁਲਾਇਆ